ਸਤਿਕਾਰ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ ਪੰਜਾਬ ਦੇ ਵਿੱਚ ਟਿੱਡਿਆਂ ਦੇ ਹਮਲੇ ਦਾ ਅਲਰਟ ਜਾਰੀ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਹੋਈ ਭੰਨਤੋੜ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ ਲੋਕਾਂ ਤੋਂ ਮੰਗੀ ਮੁਆਫੀ ਪਠਾਨਕੋਟ ਵਿੱਚ ਡਰੋਨ ਉਡਾਉਣ ਤੇ ਲਗਾਈ ਗਈ ਪਾਬੰਦੀ ਠੱਗਾਂ ਨੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ ਸਵਾਈਪ ਮਸ਼ੀਨ ਲਗਾਉਣ ਦੇ ਬਹਾਨੇ ਮਾਰੀ ਜਾ ਰਹੀ ਹੈ ਦੁਕਾਨਦਾਰਾਂ ਨਾਲ ਠੱਗੀ ਨਾਗਰਿਕਤਾ ਸੋਧ ਬਿੱਲ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਬਾਈਕ ਰੈਲੀ ਰਾਜਸਥਾਨ ਦੇ ਬਾਰਡਰ ਏਰੀਆ ਵਿੱਚ ਬੀਤੀ ਦਿਨੀ ਟਿੱਡੀ ਦਲ ਦਾ ਹਮਲਾ ਹੋਇਆ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਵੀਡੀਓਜ਼ ਦੇ ਵਿੱਚ ਟਿੱਡਿਆਂ ਦਾ ਜੋ ਮੰਜ਼ਰ ਦਿਖਾਈ ਦੇ ਰਿਹਾ ਉਸ ਨੂੰ ਦੇਖ ਕੇ ਸਹਿਜ ਹੀ ਕੋਈ ਵੀ ਇਨਸਾਨ ਡਰ ਜਾਵੇ ਰਾਜਸਥਾਨ ਦੇ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਹੁਣ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਵੀ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਤਰਨ ਤਾਰਨ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਸ਼ਾਮਿਲ ਨੇ ਖੇਤੀ ਵਿਭਾਗ ਵੱਲੋਂ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਟਿੱਡੀ ਦਲ ਦੇ ਹਮਲੇ ਸੰਬੰਧੀ ਰਿਪੋਰਟ ਰੋਜ਼ਾਨਾ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇ ਵਿੱਚ ਦੇਣ ਤੇ ਨਾਲ ਹੀ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਜਾਗਰੂਕ ਵੀ ਕੀਤਾ ਜਾਵੇ ਇਸ ਮੌਕੇ ਤੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਖਦਸ਼ਾ ਜਤਾਇਆ ਕਿ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਇਸ ਟਿੱਡੀ ਦਲ ਦਾ ਹਮਲਾ ਹੋਇਆ ਜੇਕਰ ਪੰਜਾਬ ਦੇ ਵਿੱਚ ਇਸ ਟਿੱਡੀ ਦਲ ਦਾ ਹਮਲਾ ਹੁੰਦਾ ਤਾਂ ਕਿਸਾਨ ਆਰਥਿਕ ਪੱਖੋਂ ਹੋਰ ਜ਼ਿਆਦਾ ਕਮਜ਼ੋਰ ਹੋ ਜਾਣਗੇ ਆਓ ਪਹਿਲਾਂ ਦਿਖਾਉਂਦਿਆਂ ਤੁਹਾਨੂੰ ਉਹ ਵੀਡੀਓਜ਼ ਜਿਹਦੇ ਵਿੱਚ ਟਿੱਡੀ ਦਲ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੇ ਸਰਕਾਰ ਖਿਲਾਫ ਵੀ ਆਪਣਾ ਰੋਸ ਜ਼ਾਹਿਰ ਕੀਤਾ ਨਹੀਂ ਆਰਥਿਕ ਜਿਹੜੇ ਹਾਲਾਤ ਕਿਸਾਨਾਂ ਦੇ ਮਾੜੇ ਨੇ ਖੁਦਕੁਸ਼ੀਆਂ ਦੇ ਰਾਹ ਤੇ ਕਿਸਾਨ ਤੁਰਿਆ ਹੋਇਆ ਪਹਿਲਾਂ ਹੀ ਤੇ ਜਿਹੜਾ ਹੁਣ ਜੇਕਰ ਆ ਜੋ ਵੀਡੀਓ ਆ ਰਹੀਆਂ ਨੇ ਕਿ ਇੰਨੇ ਜ਼ਿਆਦਾ ਟਿੱਡੀ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਹਮਲਾ ਕਰ ਦਿੰਦੀ ਜੇਕਰ ਇਹ ਹਮਲਾ ਕਰ ਦਿੰਦੀ ਹੈ ਸਰਕਾਰ ਦੇ ਇੰਤਜ਼ਾਮ ਪੁਖਤਾ ਨਹੀਂ ਹੁੰਦੇ ਤਾਂ ਕੀ ਹਾਲਾਤ ਹੋਣਗੇ ਸਰ ਜੀ ਇਹਦਾ ਪਹਿਲਾਂ ਦਾ ਕਾਰਨ ਹੈ ਪੈਸਟੀਸਾਈਡ ਵਾਲੇ ਇਹਦਾ ਨਜਾਇਜ਼ ਫਾਇਦਾ ਉਠਾਉਣ ਦੇ ਆਪਦੀਆਂ ਗਲਤ ਦਵਾਈਆਂ ਦੀ ਐਡ ਕਰਕੇ ਵੀ ਆਹ ਦਵਾਈਆਂ ਕਰੋ ਅਤੇ ਕਿਸਾਨਾਂ ਕੋਲੋਂ ਪੈਸੇ ਲੁੱਟਣ ਦੇ ਜਿਹੜੇ ਕਿ ਅੱਗੇ ਮੰਦੀ ਹਾਲਤ ਵਿੱਚ ਨੇ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਪੰਜਾਬ ਖੇਤੀਬਾੜੀ ਵਿਭਾਗ ਨੂੰ ਇਹ ਦੱਸਣਾ ਚਾਹੀਦਾ ਕਿ ਇਹਦੀ ਦਵਾਈ ਹੈ ਵੀ ਕਿ ਨਹੀਂ ਜੇ ਦਵਾਈ ਹੈ ਹੀ ਨਹੀਂ ਤਾਂ ਕਾਨਾ ਵਾਲੇ ਪੈਸਟੀਸਾਈਡ ਵਾਲੇ ਇਹਦਾ ਨਜਾਇਜ਼ ਫਾਇਦਾ ਉਠਾਉਣ ਦੇ ਇਸ ਕਰਕੇ ਸਰਕਾਰ ਕੋਈ ਪੁਖਤਾ ਇੰਤਜ਼ਾਮ ਨਹੀਂ ਕਰ ਰਹੀ ਬੀਤੀ ਰਾਤ ਤਕਰੀਬਨ 1:30 ਵਜੇ ਕੁਝ ਨਿਹੰਗਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਬਣੇ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਦੀ ਭੰਨਤੋੜ ਕੀਤੀ ਗਈ ਮੌਕੇ ਤੇ ਮੌਜੂਦ ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਤੇ ਵੀ ਹਮਲਾ ਕਰ ਦਿੱਤਾ ਇਹ ਵਿਰਾਸਤੀ ਦੀ ਜਿਹੜੀ ਆਪਣੀ ਜਗ੍ਹਾ ਹੈਗੀ ਆ ਇੱਥੇ ਰਾਤ 1:30 ਵਜੇ ਦੀ ਗੱਲ ਆ ਸਾਡੀ ਕਿਊ ਆਰ ਟੀ ਖੜੀ ਹੁੰਦੀ ਹੈ 6 ਨੰਬਰ ਅਤੇ 8-9 ਨਿਹੰਗ ਸਿੰਘ ਆਏ ਉਹਨਾਂ ਨੇ ਬੁੱਕਲ ਬੈਠੇ ਹੋਏ ਸੀ ਹਥੌੜੇ ਲੈ ਕੇ ਆਏ ਅਤੇ ਉਹਨਾਂ ਨੇ ਜਿਹੜੀ ਮੂਰਤੀਆਂ ਲੱਗੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਜਦੋਂ ਕਰਨ ਲੱਗੇ ਤਾਂ ਮੁੰਡੇ ਡਿਊਟੀ 'ਤੇ ਖੜ੍ਹੇ ਸੀ ਉਹਨਾਂ ਨੇ ਨਾਲ ਹੀ ਮੌਕੇ 'ਤੇ ਜਾ ਕੇ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਨੇ ਮੁਲਾਜ਼ਮਾਂ 'ਤੇ ਵੀ ਅਟੈਕ ਕੀਤਾ ਮੁਲਾਜ਼ਮ ਜੋ ਇਹਨਾਂ ਨੂੰ ਫਿਰ ਅਰੈਸਟ ਕੀਤਾ ਅਤੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਉਹ ਬਾਕੀ ਅਸੀਂ ਕਰ ਰਹੇ ਹਾਂ ਪਬਲਿਕ ਪ੍ਰੋਪਰਟੀ ਐਕਟ ਵੀ ਲਾਇਆ ਜੀ ਪਬਲਿਕ 3 ਪ੍ਰੋਪਰਟੀ ਐਕਟ ਵੀ ਲਾਇਆ ਅਤੇ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿੱਦੇ ਜਿੱਦਾਂ ਇਹਦੀ ਪ੍ਰੋਗਰੈਸ ਹੈਗੀ ਉੱਦਾਂ ਉੱਦਾਂ ਤਫਤੀਸ਼ ਕਰ ਇਹ ਕੋਈ 3 ਅੰਮ੍ਰਿਤਸਰ ਦੇ ਆ 2 ਰੋਪੜ ਦੇ ਆ ਬਾਈ ਨੇਮ ਹੀ ਹੈ ਜੀ ਸਾਰੇ ਕਿਸੇ ਜਥੇਬੰਦੀ ਨਾਲ ਸੰਬੰਧਿਤ ਨੇ ਕਿ ਜਾਂ ਵੱਖਰੇ ਉਹ ਕਰ ਰਹੇ ਹਾਂ ਜੀ ਵੈਰੀਫਾਈ ਕਰ ਰਹੇ ਕਿੰਨੇ ਮੈਂਬਰ ਤੁਹਾਡੇ ਇਹ 8 ਮੈਂਬਰ ਨੇ 9 ਮੈਂਬਰ ਨੇ ਜੀ ਇੱਕ ਦੌੜ ਗਿਆ ਮੇਨ ਅੰਮ੍ਰਿਤਪਾਲ ਮੋਗੇ ਦਾ ਬਸ ਅੱਜ ਪੇਸ਼ ਕਰਾ ਦੇਣੇ ਸਰ ਜਿਹੜੇ ਇਹਨਾਂ ਨੂੰ ਤੁਹਾਨੂੰ ਇਹਨਾਂ ਨੇ ਕੋਈ ਪਹਿਲਾਂ ਦਿੱਤਾ ਸੀ ਨਹੀਂ ਜੀ ਨਹੀਂ ਕੋਈ ਅਲਟੀਮੇਟਮ ਨਹੀਂ ਜੀ ਕੋਈ ਅਲਟੀਮੇਟਮ 1.5 ਮਹੀਨੇ ਪਹਿਲਾਂ ਉਦੋਂ ਦਿੱਤਾ ਸੀ ਉਸ ਤੋਂ ਬਾਅਦ ਠੀਕ ਹੋ ਗਿਆ ਸੀ ਬਿਲਕੁਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਅਸੀਂ ਬੜੀ ਡਿਊਟੀ ਚੱਲ ਰਹੀ ਸੀ ਲੇਕਿਨ ਕੱਲ ਇਹਨਾਂ ਨੇ ਧੋਖੇ ਦੇ ਨਾਲ ਅਚਾਨਕ ਆ ਕੇ ਰਾਤ ਕਿੰਨੇ ਵਜੇ ਦੀ ਸਰ ਐਗਜ਼ੈਕਟ ਇਹ 1:30 ਵਜੇ ਦੀ ਗੱਲ ਹੈ ਜੀ ਸਰ ਪੁਲਿਸ ਮੁਲਾਜ਼ਮ ਦੀ ਜ਼ਿਆਦਾ ਸੱਟ ਲੱਗੀ ਇੱਕ ਰਾਮ ਸਿੰਘ ਹੋਣਾ ਦੇ ਹਾਂਜੀ ਲੱਗੀ ਹੈ ਜੀ ਬਚਾਅ ਲੱਗ ਸੱਟ ਲੱਗੀ ਹੈ ਜੀ ਉਹਦੇ ਉਹ ਚੱਲ ਰਿਹਾ ਜੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਕੋਈ ਇਹਦਾ ਪਹਿਲਾਂ ਦਾ ਕੋਈ ਰਿਕਾਰਡ ਠੀਕ ਹੀ ਹੈ ਸਾਰਾ ਕਿ ਨਹੀਂ ਬਾਕੀ ਕਰ ਰਹੇ ਜੀ ਵੈਰੀਫਾਈ ਕਰ ਰਹੇ ਐਫ ਆਈ ਆਰ ਕੇਸ ਦੇ ਬਿਆਨਾਂ ਤੇ ਕੀਤੀ ਕੰਪਨੀ ਬੀਬੀ ਆਪਣਾ ਜਿਹੜਾ ਉੱਥੇ ਕਿਊ ਆਰ ਟੀ ਦਾ ਇੰਚਾਰਜ ਹੈ ਏ ਐਸ ਆਈ ਰਾਮ ਸਿੰਘ ਜਿਨ੍ਹਾਂ ਦੀ ਟੀਮ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਉਹਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਥੈਂਕ ਯੂ ਸਰ ਓਕੇ ਜੀ ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਦੀ ਬੀਤੀ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਦਰਬਾਰ ਸਾਹਿਬ ਆਉਣ ਵਾਲੇ 1 ਲੱਖ ਸ਼ਰਧਾਲੂ ਹਰੀਕੇ ਪੱਤਣ ਵਿਖੇ ਰੁਕਣ ਤੇ ਇੱਥੋਂ ਦੀਆਂ ਮੱਛੀਆਂ ਖਾਣ ਤਾਂ ਜੋ ਇੱਥੋਂ ਦੇ ਲੋਕਾਂ ਦਾ ਕਾਰੋਬਾਰ ਵਧੇ
ਇਹ ਬਿਆਨ ਦੀ ਹਰ ਕਿਸੇ ਨੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ। ਹਾਲ ਹੀ ਵਿੱਚ ਹਰਮਿੰਦਰ ਸਿੰਘ ਨੇ ਇੱਕ ਹੋਰ ਵੀਡੀਓ ਅਪਲੋਡ ਕਰਕੇ ਲੋਕਾਂ ਤੋਂ ਮੁਆਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਹੀ ਸਭ ਕੁਝ ਲਿਆ। ਆਓ ਦਿਖਾਉਂਦੇ ਤੁਹਾਨੂੰ ਵੀ ਇਹ ਵੀਡੀਓ। ਦੋਸਤੋ, ਮੈਂ ਅੱਜ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਹਾਂ ਕਿ ਇੱਕ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਮੇਰੇ ਬਾਰੇ ਗੱਲ ਕਹੀ ਆ ਕਿ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮੈਂ ਕਿਹਾ ਕਿ ਹਰੀ ਕੇ ਆਓ, ਉੱਥੇ ਮੱਛੀ ਮੁੱਛੀ ਦਾ ਪ੍ਰਬੰਧ ਕਰਾਂਗੇ। ਦੇਖੋ, ਮੈਂ ਪਹਿਲੀ ਗੱਲ ਅਤੇ ਬਾਕੀ ਗੱਲ ਮੈਂ ਫੇਰ ਕਰੂੰਗਾ। ਪਹਿਲਾਂ ਤਾਂ ਇਸ ਗੱਲ ਦੀ ਮੈਂ ਮੁਆਫੀ ਮੰਗਦਾ ਕਿ ਜੇ ਗੱਲ ਜੇ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਮੈਂ ਬਿਨਾਂ ਸ਼ਰਤ ਮੁਆਫੀ ਮੰਗਦਾ, ਕਿਉਂਕਿ ਮੈਂ ਹਰਿਮੰਦਰ ਸਾਹਿਬ ਦੇ ਵਿੱਚੋਂ ਹੀ ਸਭ ਕੁਛ ਲਿਆ। ਮੈਂ ਕੋਈ ਕਿਸੇ ਕਿਸਮ ਦੀ ਇਸ ਗੱਲ 'ਤੇ ਬਹਿਸਮਬਾਜ਼ੀ ਵੀ ਨਹੀਂ ਕਰਦਾ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਲੋਕਾਂ ਦਾ, ਭਰਾਵਾਂ ਦਾ, ਕਿ ਜਿਨ੍ਹਾਂ ਨੂੰ ਘੱਟੋ ਘੱਟ ਹਰਿਮੰਦਰ ਸਾਹਿਬ ਦੀ ਅਹਿਮੀਅਤ ਦਾ ਚਿੰਤਤ ਨੇ, ਹਰਿਮੰਦਰ ਸਾਹਿਬ ਦੀ ਸ਼ਾਨੋ ਸ਼ੌਕਤ ਉਹਦੀ ਅਹਿਮੀਅਤ ਬਾਰੇ ਚਿੰਤਤ ਨੇ। ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ। ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸਲ 'ਚ ਗੱਲ ਕੀ ਸੀ। ਅਸਲ 'ਚ ਸਾਡੇ ਹਰੀਕੇ ਇੱਕ ਫੰਕਸ਼ਨ ਹੋਇਆ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਚਾਰਜ ਦੇਣਾ ਸੀ, ਅਤੇ ਉਹਦੇ ਨਾਲ ਨਾਲ ਇੱਕ ਹਰੀਕੇ ਜਿਹੜੀ ਸਾਡੀ ਰੱਖ ਆ, ਸਭ ਤੋਂ ਵੱਡੀ ਸੈਂਚੁਰੀ ਆ, ਵਰਲਡ ਸੈਂਚੁਰੀ ਹੈ, ਉਹਨੂੰ ਅਸੀਂ ਡਿਵੈਲਪ ਕਰਨ ਜਾ ਰਹੇ ਹਾਂ ਔਰ ਉਹਦੇ ਡਿਵੈਲਪ ਕਰਨ 'ਤੇ ਕਰੋੜਾਂ ਰੁਪਈਆ ਲਾ ਰਹੇ ਹਾਂ। ਇੱਕ ਇੰਟਰਨੈਸ਼ਨਲ ਟੂਰਿਸਟ ਡੈਸਟੀਨੇਸ਼ਨ ਬਣਾਉਣਾ ਚਾਹੁੰਦੇ ਹਾਂ, ਜਿਹਦੇ ਵਾਸਤੇ 9.5 ਕਰੋੜ ਰੁਪਈਆ ਲਾ ਦਿੱਤਾ ਗਿਆ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਘੱਟੋ ਘੱਟ 100-150 ਕਰੋੜ ਰੁਪਈਆ ਲਾ ਕੇ ਐਸੇ ਪ੍ਰਬੰਧ ਕੀਤੇ ਜਾਣ ਕਿ ਜਿਹੜੇ ਟੂਰਿਸਟ ਅੰਮ੍ਰਿਤਸਰ ਦਰਸ਼ਨਾਂ ਵਾਸਤੇ ਆਉਂਦੇ ਨੇ ਉਹ ਘੱਟੋ ਘੱਟ ਹਰੀਕੇ ਵੀ ਇਸ ਟੂਰਿਸਟ ਡੈਸਟੀਨੇਸ਼ਨ 'ਤੇ ਆਉਣ, ਉਹ ਜਿਹੜੇ ਮਾਈਗ੍ਰੇਟਰੀ ਬਰਡਸ ਨੇ ਜਿਹੜੇ ਉੱਥੇ ਆਉਂਦੇ ਨੇ ਉਹਨਾਂ ਨੂੰ ਵੇਖਣ ਵਾਸਤੇ ਸਾਰੇ ਸੈਲਾਨੀ ਆਉਣ, ਅਤੇ ਉਹਨਾਂ ਦੇ ਰਹਿਣ ਦਾ ਸਹਿਣ ਦਾ ਪ੍ਰਬੰਧ ਕੀਤਾ ਜਾਵੇ। ਮੈਂ ਇੰਨੀ ਗੱਲ ਜ਼ਰੂਰ ਕੀਤੀ ਹੈ ਕਿ ਸਾਡੇ ਇੱਕ ਬਾਈਪਾਸ ਹਰੀਕੇ ਦਾ ਬਣਿਆ, ਉਹ ਬਾਈਪਾਸ ਬੰਦ ਕਰਕੇ ਜਿਹੜਾ ਹਰੀਕੇ ਅੱਡੇ ਦੇ ਵਿੱਚ ਲੋਕਾਂ ਦਾ ਕਾਰੋਬਾਰ ਸੀ, ਕਿਸੇ ਵੀ ਕਿਸਮ ਦਾ, ਕੋਈ ਮੱਛੀ ਵੇਚਦਾ, ਕੋਈ ਪਾਣੀ ਵੇਚਦਾ, ਕੋਈ ਠੰਡਾ ਵੇਚਦਾ, ਕੋਈ ਪਕੌੜੇ ਵੇਚਦਾ, ਉਹਨਾਂ ਦਾ ਕਾਰੋਬਾਰ ਖਤਮ ਹੋ ਗਿਆ। ਮੈਂ ਇਹ ਗੱਲ ਚਾਹੁੰਦਾ ਸੀ ਕਿ ਜਿਹੜੇ ਲੋਕ ਉੱਥੇ ਆਉਣਗੇ ਉਹ ਟੂਰਿਸਟ ਡੈਸਟੀਨੇਸ਼ਨ ਬਣਦੇ ਕਰਕੇ ਬਹੁਤ ਸਾਰਿਆਂ ਲੋਕਾਂ ਨੂੰ ਕਾਰੋਬਾਰ ਮਿਲੇਗਾ, ਰੁਜ਼ਗਾਰ ਮਿਲੇਗਾ। ਮੈਂ ਵੀ ਗੱਲ ਕਹੀ ਕਿ ਮੱਛੀ ਵੇਚਣ ਵਾਲੇ ਨੂੰ ਵੀ ਰੁਜ਼ਗਾਰ ਮਿਲੇਗਾ, ਪਾਣੀ ਵੇਚਣ ਵਾਲੇ ਨੂੰ, ਸਾਰਿਆਂ ਨੂੰ ਰੁਜ਼ਗਾਰ ਮਿਲੇਗਾ, ਉਹ ਲੋਕ ਖੁਸ਼ਹਾਲ ਹੋਣਗੇ। ਅਤੇ ਮੇਰਾ ਕੋਈ ਕਿਸੇ ਕਿਸਮ ਦਾ ਮਕਸਦ, ਮੈਂ ਤਾਂ ਆਪ ਨਾ ਕਦੇ ਮੱਛੀ ਖਾਵਾਂ, ਨਾ ਮੀਟ ਖਾਵਾਂ, ਨਾ ਆਂਡਾ ਖਾਵਾਂ, ਨਾ ਸ਼ਰਾਬ ਪੀਵਾਂ। ਮੇਰਾ ਮਕਸਦ ਕੀ ਹੈ ਕਿਸੇ ਗੱਲ ਦਾ ਬੋਲਣ? ਨਾਲੇ ਹਰਿਮੰਦਰ ਸਾਹਿਬ 'ਤੇ ਤਾਂ ਸਾਡੇ ਉਹਦੇ ਵਾਸਤੇ ਤਾਂ ਮੇਰੀ ਜਾਨ ਹਾਜ਼ਰ ਆ, ਅਤੇ ਇਸ ਤਰ੍ਹਾਂ ਦੀ ਕਦੇ ਹੋ ਹੀ ਨਹੀਂ ਸਕਦੀ। ਇਸ ਕਰਕੇ ਮੈਂ ਉਹਨਾਂ ਭਰਾਵਾਂ ਨੂੰ ਕਹਾਂਗਾ ਕਿ ਭਰਾਓ, ਜੇ ਤੁਸੀਂ ਹਰਿਮੰਦਰ ਸਾਹਿਬ ਦੀ ਆਣ ਅਤੇ ਸ਼ਾਨ ਵਾਸਤੇ ਚਿੰਤਤ ਹੋ, ਮੈਂ ਤੁਹਾਡਾ ਧੰਨਵਾਦ ਕਰਦਾ। ਜੇ ਤੁਹਾਨੂੰ ਕੋਈ ਮੇਰੀ ਗੱਲ ਇਹ ਗੱਲ ਲੱਗੀ ਹੈ ਕਿ ਮੈਂ ਕੋਈ ਹਰਿਮੰਦਰ ਸਾਹਿਬ ਦੀ ਸ਼ਾਨ ਦੇ ਕੋਈ ਇਸ ਤਰ੍ਹਾਂ ਦੀ ਖਿਲਾਫ ਗੱਲ ਕੀਤੀ ਹੈ, ਤਾਂ ਮੈਂ ਮਰਿਆਦਾ ਦੇ ਸੰਬੰਧ ਵਿੱਚ ਕਿਸੇ ਕਿੰਤੂ ਪ੍ਰੰਤੂ 'ਚ ਨਹੀਂ ਪੈਣਾ ਚਾਹੁੰਦਾ। ਮੈਂ ਬਿਨਾਂ ਸ਼ਰਤ ਮਾਫ਼ੀ ਮੰਗਣਾ ਚਾਹੁੰਦਾ ਔਰ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਦੇਖੋ, ਇਹ ਪੱਟੀ ਹਲਕਾ ਬਿਲਕੁਲ ਲਵਾਰਸ ਹਲਕਾ ਸੀ, ਇਹਨੂੰ ਕੋਈ ਨਹੀਂ ਸੀ ਪੁੱਛਦਾ। ਮੈਂ ਇਹਨੂੰ ਪੰਜਾਬ ਦਾ 1 ਨੰਬਰ ਦਾ ਹਲਕਾ ਬਣਾਉਣਾ ਚਾਹੁੰਦਾ ਔਰ ਇਸ ਪੱਟੀ ਹਲਕੇ ਵਿੱਚ ਜਿਹੜਾ ਪੈਂਦਾ ਹਰੀਕੇ ਵਰਲਡ ਸੈਂਚੁਰੀ ਹੈ, ਇਹ 84 ਸਕੇਅਰ ਕਿਲੋਮੀਟਰ ਵਿੱਚ ਆਉਂਦੀ ਆ। ਮੈਂ ਇਹਨੂੰ ਵਰਲਡ ਟੂਰਿਸਟ ਡੈਸਟੀਨੇਸ਼ਨ ਬਣਾਉਣਾ ਚਾਹੁੰਦਾ। CM ਸਾਹਿਬ ਨਾਲ ਗੱਲ ਕੀਤੀ ਹੈ ਔਰ ਥੋੜ੍ਹੇ ਦਿਨਾਂ ਦੇ ਵਿੱਚ ਸਾਡੇ ਟੂਰਿਸਟ ਮਿਨਿਸਟਰ ਚਰਨਜੀਤ ਸਿੰਘ ਚੰਨੀ ਉਹ ਵੀ ਇੱਥੇ ਆ ਰਹੇ ਨੇ, ਸਾਰੇ ਉੱਥੇ ਆਣ ਕੇ ਸਾਰੇ ਪ੍ਰਬੰਧ ਕਰਾਂਗੇ। ਔਰ ਬੜੀ ਵੱਡੀ ਲੇਕ ਆ ਇੱਥੇ, ਜਿੱਥੇ ਜਾ ਕੇ ਸਤਲੁਜ ਅਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ, ਉਹ ਬੜੀ ਵੱਡੀ ਲੇਕ ਹੈ। ਔਰ ਜਦੋਂ ਟੂਰਿਸਟ ਇੱਥੇ ਆਉਣਗੇ, ਅਸੀਂ ਇੱਥੇ ਕਰੂਜ਼ ਪਾਉਣਾ ਚਾਹੁੰਦੇ ਹਾਂ, ਅਸੀਂ ਮੋਟਰਬੋਟਾਂ ਪਾਉਣਾ ਚਾਹੁੰਦੇ ਹਾਂ ਤਾਂ ਕਿ ਉਹ ਸਾਰੇ ਲੋਕ ਜਿਹੜੇ ਤਮਾਮ ਇੱਥੋਂ ਦਾ ਫਾਇਦਾ ਲੈ ਸਕਣ ਔਰ ਇਹਦਾ ਜਿਹੜਾ ਅਸਰ ਹੈ, ਇਹਦਾ ਫਾਇਦਾ ਜਿਹੜਾ ਸਾਡੇ ਲੋਕਾਂ ਨੂੰ ਮਿਲੇ, ਰੁਜ਼ਗਾਰ ਮਿਲੇ, ਨੌਕਰੀਆਂ ਮਿਲਣ, ਇੱਥੇ ਲੋਕ ਆਣ ਕੇ ਖਰੀਦੋ ਫਰੋਖਤ ਕਰਨ, ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਵੇ, ਕੋਈ ਰੈਸਟੋਰੈਂਟ ਚੱਲਣ, ਇਹ ਸਾਰੇ ਇਹ ਤਮਾਮ ਪ੍ਰਬੰਧ ਕਰਨਗੇ। ਇਸ ਕਰਕੇ ਇਸ ਕੰਟਰੋਵਰਸੀ ਨਾਲ ਮੇਰਾ ਕੋਈ ਸੰਬੰਧ ਨਹੀਂ। ਹਰਿਮੰਦਰ ਸਾਹਿਬ ਸਾਡੇ ਸਾਰਿਆਂ ਵਾਸਤੇ, ਸਾਡਾ ਤਾਂ ਅਕੀਦਾ, ਮੈਂ ਤਾਂ ਜਿੰਨਾ ਵੀ ਹੁਣ ਤੱਕ ਹਾਸਲ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਅਰਦਾਸਾਂ ਕਰ ਕਰਕੇ ਹਾਸਲ ਕੀਤਾ। ਇਸ ਕਰਕੇ ਮੇਰੇ ਦੋਸਤੋ, ਹੋਰ ਕੋਈ ਗੱਲ ਬੇਸ਼ੱਕ ਕਰ ਲਓ, ਮੈਂ ਤਾਂ ਇਹੋ ਜਿਹਾ ਹੈ ਹੀ ਨਹੀਂ। ਮੈਂ ਜਿਹੜਾ ਬੰਦਾ ਆਪ ਹੀ ਇਹਨਾਂ ਗੱਲਾਂ ਦਾ ਸੇਵਨ ਨਹੀਂ ਕਰਦਾ, ਅਤੇ ਮੈਂ ਲੋਕਾਂ ਨੂੰ ਕਹੂੰਗਾ ਕਿ ਤੁਸੀਂ ਇੱਥੇ ਆਓ ਅਤੇ ਹਰੀਕੇ ਦੀ ਮੱਛੀ ਖਾਓ। ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ, ਮੈਂ ਤਾਂ ਉਹਨਾਂ ਸਾਰੇ ਭਰਾਵਾਂ ਦਾ ਵੀ ਧੰਨਵਾਦ ਕਰਦਾ ਵੀ ਜਿਹੜੇ ਹਰਿਮੰਦਰ ਸਾਹਿਬ ਦੀ ਮਹੱਤਤਾ ਬਾਰੇ ਚਿੰਤਤ ਨੇ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਸ਼ੁਕਰਗੁਜ਼ਾਰ ਤੁਹਾਡਾ ਸਾਰਿਆਂ ਦਾ। ਇਸ ਕਰਕੇ ਮੇਰੇ ਭਰਾਓ, ਇਹੋ ਜਿਹੀ ਗੱਲਾਂ ਵਿੱਚ ਨਾ ਆਓ। ਮੈਂ ਸਦਾ ਹੀ ਜ਼ਿੰਦਗੀ ਜਿੱਥੋਂ ਤੱਕ ਹੁਣ ਤੱਕ ਪਹੁੰਚਿਆ ਅਤੇ ਬੜੇ ਸਾਫ਼ ਸੁਥਰੇ ਢੰਗ ਨਾਲ ਪਹੁੰਚਿਆ, ਮੈਂ ਹੁਣ ਅਗਾਂਹ ਵੀ ਕਰਾਂਗੇ, ਕੋਈ ਐਸੀ ਗੱਲ ਨਹੀਂ। ਨਾ ਤਾਂ ਮੈਂ ਪਹਿਲਾਂ ਕਦੇ ਮੀਟ ਆਂਡਾ ਅਤੇ ਨਾ ਹੁਣ ਮੈਂ ਤਾਂ ਖਾਂਦਾ ਹੀ ਨਹੀਂਗਾ, ਅਤੇ ਪਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਬਾਕੀ ਜ਼ਿੰਦਗੀ ਗੁਜ਼ਰੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਰਾਸ਼ਟਰੀ ਸੀਮਾ 'ਤੇ ਅਲੱਗ ਅਲੱਗ ਜਗ੍ਹਾ 'ਤੇ ਡਰੋਨ ਮਿਲਣ ਕਾਰਨ ਪਠਾਨਕੋਟ ਵਿੱਚ ਡਰੋਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਵਿੱਚ ਅੰਤਰਰਾਸ਼ਟਰੀ ਬਾਰਡਰ ਦੇ 25 ਕਿਲੋਮੀਟਰ ਦੇ ਏਰੀਆ ਵਿੱਚ ਅਤੇ ਆਰਮੀ ਬੇਸ ਦੇ 3 ਕਿਲੋਮੀਟਰ ਦੇ ਏਰੀਆ ਵਿੱਚ ਡਰੋਨ ਨਹੀਂ ਉਡਾਇਆ ਜਾ ਸਕੇਗਾ। ਜੇਕਰ ਕੋਈ ਡਰੋਨ ਉਡਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜੋ ਹੈ DGCA ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ ਨੇ ਗਾਈਡਲਾਈਨ
25 किलोमीटर के एरिया के तक में कोई भी ड्रोन जो है एक्टिविटी अंडरटेक नहीं की जाती, चाहे वो छोटे से छोटा ड्रोन हो, कुछ भी हो, वो 25 किलोमीटर में पूरी तरह से बैन है। और इसी के साथ ही जैसे मिलिट्री इंस्टॉलेशन हो गया, एयरफोर्स इंस्टॉलेशन हो गया, डिफेंस इंस्टॉलेशन हो गया, उसके पैरीमीटर से भी 3 किलोमीटर के एरिया के बीच में कोई भी ड्रोन, किसी भी किस्म की ड्रोन एक्टिविटी अंडरटेक नहीं की जा सकती। इसी तरीके से MHA की जो वाइटल इंस्टॉलेशन हैं उससे 2 किलोमीटर के एरिया के, उनके पैरामीटर से 2 किलोमीटर के एरिया में भी कोई भी ड्रोन एक्टिविटी जो है अंडरटेक नहीं की जा सकती। ये जो गाइडलाइंस है DGCA की तरफ से जारी की जा चुकी हैं और इसको हम जो है इन्फोर्स करा रहे हैं, और इसके लिए हमने प्रेस में भी प्रेस नोट जारी किए हैं। और जो ड्रोन ऑपरेटर्स हैं जैसे मैज पैलेस वाले हो गए, फोटोग्राफी वाले, उनको हमने क्लियर जो है मीटिंग बुला के उनको डायरेक्शंस दे दी हैं कि ये गाइडलाइंस हैं, और इन केस कोई वायलेशन करता है इसकी देन दे आर पनिशेबल अंडर दी IPC के अंडर इसको जो है एक क्रिमिनल ऑफेंस माना गया है, जो कि इनकेस ऑफ वायलेशन जो पनिशेबल है। सर कितनी सज़ा हो सकती है इसके बारे में? देखिए जो रेलेवेंट सेक्शन है उसमें उस हिसाब से जो सजा होगी, वेरियस सेक्शन डिपेंडिंग ऑन दी ऑफेंस। जेकर तुसी दुकानदार हो तो तुहाडे लिए ये खबर देखना बेहद जरूरी है, क्योंकि तुसी अक्सर ऑनलाइन ठगी दे मामले सुने होंगे, पर ठगा ने ठगी मारन दा हुण नवा तरीका लभिया। ठग स्वाइप मशीन लगाउण दे बहाने चैक लैके दुकानदारां नाल ठगी मार रहे ने। पहले ही ठग बैंक कर्मचारी बन के दुकान ते आउंदे ने ते फिर बैंक दीआं लाहेवंद स्कीमां तहत ऑफर दिंदे ने। उस तों बाद इह ठग बैंक चैक ते होर दस्तावेज लै लैंदे ने। उस तों बाद इह खुद दे मैजिक पेन नाल चैक नूं कैंसल कर दिंदे ने ते फिर कैंसल चैक लैके कैश कढ़वा के ठगी मार लैंदे ने। अजिहा ही कुछ सुल्तानपुर लोधी दे दुकानदार नाल होया, पर गनीमत यह रही कि दुकानदार ठगी की वारदात तो बच गया। आओ दिखाउंदे आं पहला तुहानू ओह वीडियो जिस दे विच इह ठग शरेआम बिना किसी के डर तो दुकानदार नू अपनी गल्लां विच उलझा रहा है। ਪਲੱਸ ਤੁਹਾਨੂੰ ਡੈਬਿਟ ਕਾਰਡ EMI ਦਿੰਦੇ ਹਾਂ। ਡੈਬਿਟ ਕਾਰਡ EMI ਸਾਰਿਆਂ ਵਾਸਤੇ ਨਹੀਂ ਹੁੰਦੀ, ਜਿਹੜਾ ਕਸਟਮਰ ਐਲੀਜੀਬਲ ਹੈਗੇ ਉਹਦੇ ਵਾਸਤੇ, ਉਹਦੇ ਕਸਟਮਰ ਦੇ ਫੋਨ ਤੋਂ ਮਨੀ ਪਾਓਗੇ ਤੁਰੰਤ ਹੀ ਰਿਪਲਾਈ ਆ ਜਾਏਗਾ। ਬਜਾਜ ਦੇ ਕਾਰਡ ਅਤੇ ਉਹਨਾਂ ਦੀ ਜਿਹੜੀ ਸੋਫਟ ਕਾਪੀ ਦੇ ਐਕਸਟਰਾ ਜਿਹੜੇ ਨੰਬਰ ਦੇ ਰਹੇ ਨੇ ਉਹ ਵੀ ਸਾਰੇ ਮਸ਼ੀਨ 'ਚ ਆ। ਪਲੱਸ MX ਕਾਰਡ ਸਾਡੀ ਮਸ਼ੀਨ 'ਚ ਚੱਲ ਜਾਂਦੇ। ਠੀਕ ਹੈ ਜੀ, ਤਾਂ CSB ਵਾਸਤੇ ਕੌਂਟ ਕਰਾਉਣਾ ਪਵੇਗਾ? ਨਹੀਂ, ਸਾਡੇ ਤੁਹਾਡਾ ਅਕਾਊਂਟ ਜਿੱਥੇ ਹੈਗਾ ਅਸੀਂ ਉੱਥੇ ਅਟੈਚ ਕਰ ਦਿੰਦੇ। ਮੈਂ ਖਾਤਾ ਇਸ ਕਰਕੇ ਪੁੱਛਿਆ, ਜਦ ਹੈਗਾ ਤਾਂ ਤੁਹਾਨੂੰ ਸਾਰਾ ਪਤਾ ਹੁੰਦਾ ਕਿਹਨਾਂ ਕੋਲ ਅਕਾਊਂਟ ਆ, ਉਹਨਾਂ ਕੋਲ ਮੈਸੇਜ ਔਰ ਮੇਲ ਜਾ ਚੁੱਕੇ ਹੋਣਾ। ਠੀਕ ਹੈ ਜੀ, ਅਗਰ ਨਹੀਂ ਹੈਗਾ ਤਾਂ ਫਿਰ ਅਸੀਂ ਤੁਹਾਡੇ ਜਿੱਥੇ ਵੀ ਅਕਾਊਂਟ ਹੋਵੇ ਉੱਥੇ ਅਟੈਚ ਕਰ ਦਿੰਦੇ। ਇਹਦਾ ਮੰਥ ਐਨੂਅਲ ਚਾਰਜਿਸ ਵੀ ਹੈਗਾ? ਕੋਈ ਚਾਰਜਿਸ ਨਹੀਂ ਹੈਗਾ, ਬਸ ਸਾਡਾ ਮਿਨੀਮਮ ਮੰਥਲੀ ਸਵੈਪਿੰਗ ਹੈਗਾ 50,000 ਕਰਨਾ ਮੰਥਲੀ। ਜੇ ਨਹੀਂ ਹੁੰਦਾ ਤਾਂ 180 ਤੇ ਜੇ ਤੁਹਾਡਾ 206 ਰੁਪਏ ਦੇ ਸਕਦੇ। 206 ਰੁਪਏ ਸਾਨੂੰ ਅਗਰ 50,000 ਦੇ ਸਰ ਕੋਟਕ ਮਹਿੰਦਰਾ ਦਾ ਨਾ ਐਕਚੁਅਲੀ ਕਰੰਟ ਅਕਾਊਂਟ ਤੇ ਕਸਟਮਰ ਕੋਈ ਕਰਨੀ। ਓਕੇ, ਮੈਂ ਅੱਜ ਤੁਹਾਨੂੰ ਮਸ਼ੀਨ ਲਾ ਰਿਹਾ, ਤੁਸੀਂ ਸਰਵਿਸ ਯੂਜ਼ ਕਰ ਰਹੇ ਹੋ, ਅੱਜ ਤੱਕ ਤੁਸੀਂ ਗੱਡੀ ਸਾਡੀ ਸਰਵਿਸ ਯੂਜ਼ ਨਹੀਂ ਕੀਤੀ ਜੀ। ਤੁਸੀਂ ਸਰਵਿਸ ਯੂਜ਼ ਕਰ ਰਹੇ, ਤੁਹਾਨੂੰ ਸਰਵਿਸ ਬਹੁਤ ਵਧੀਆ ਲੱਗੀ, ਇਨ ਫਿਊਚਰ ਮੈਂ ਤੁਹਾਡੇ ਕੋਲ ਰਿਕੁਐਸਟ ਕਰਨ ਜਾਂ ਕੋਈ ਹੋਰ ਰਿਕੁਐਸਟ ਕਰਾਉਣਾ ਸਕਦਾ ਜੀ ਸਰ ਅਕਾਊਂਟ ਖੁਲਾ ਲਓ, ਅਗਰ ਉਹ ਤੁਹਾਡੀ ਕੋਲ ਹੈ ਤੁਹਾਡੀ ਮਰਜ਼ੀ ਹੈ, ਨਹੀਂ ਖੁਲਾਉਣਾ ਜਾਂ ਨਹੀਂ ਖੁਲਾਉਣਾ, ਹੋਰ ਨਹੀਂ ਹੈਗਾ ਕਿ ਸਰ ਹੁਣ ਤਾਂ ਮਸ਼ੀਨ ਲੱਗੀ ਤੁਹਾਨੂੰ ਖਾਤਾ ਖੁਲਾਉਣਾ ਪੈਣਾ, ਇਹ ਜੀ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਹੈ। ਠੀਕ ਹੈ, ਅਗਰ ਤੁਸੀਂ ਸਾਡੀ ਸਰਵਿਸ ਦਾ ਯੂਜ਼ ਕਰੋਗੇ ਤਾਂ ਤੁਹਾਨੂੰ ਸਾਡੀ ਬਾਰੇ ਪਤਾ ਲੱਗੂ। ਆਪਣੇ ਡਾਕੂਮੈਂਟ ਤੁਹਾਨੂੰ
ਮੇਰਾ ਦੂਸਰਾ ਫੋਨ ਕਿੱਥੇ ਹੈ? ਮੈਨੂੰ ਹਾਰਡ ਕਾਪੀ ਚਾਹੀਦੀ, ਹਾਰਡ ਕਾਪੀ ਚਾਹੀਦੀ ਨਹੀਂ, ਮੈਂ ਤੁਹਾਨੂੰ ਪ੍ਰਿੰਟ ਆਊਟ ਕਰਕੇ ਦਿੰਦਾ ਹਾਂ। ਇਨ ਫਿਊਚਰ ਜੇ ਤੁਸੀਂ ਬੈਂਕ ਚੇਂਜ ਕਰੋ ਤੇ ਤੁਸੀਂ ਈਜ਼ਲੀ ਆਪਣੇ ਉਸ ਤੋਂ ਵੀ ਕਰ ਸਕਦੇ ਹੋ ਜਿਹੜੀ ਐਪਲੀਕੇਸ਼ਨ ਦਿੱਤੀ ਹੈ। ਅੱਜ ਤੁਸੀਂ HDFC ਚ ਗਏ, ਕੱਲ੍ਹ ICICI ਚਲੇ ਗਏ ਜਾਂ ਕੋਟਕ ਚ ਗਏ ਤੇ ਤੁਸੀਂ ਆਪਣੀ ਮੋਬਾਈਲ ਐਪਲੀਕੇਸ਼ਨ ਦੇ ਥਰੂ ਵੀ ਕਰ ਸਕਦੇ ਹੋ ਚੇਂਜ ਬੈਕ ਆਪਣੀ ਮਸ਼ੀਨ ਦਾ। ਤਾਂ ਤੁਹਾਨੂੰ ਮਸ਼ੀਨ ਚੇਂਜ ਕਰਨ ਦੀ ਲੋੜ ਨਹੀਂ ਪੈਣੀ। ਦੱਸ ਦਈਏ ਕਿ ਦੁਕਾਨਦਾਰ ਨੇ ਇਹ ਵਿਅਕਤੀ ਦੀ ਵੀਡੀਓ ਫੇਸਬੁੱਕ ਤੇ ਦੇਖੀ ਸੀ, ਜਿਸ ਤੋਂ ਬਾਅਦ ਦੁਕਾਨਦਾਰ ਨੇ ਦਿੱਤੇ ਗਏ ਚੈੱਕ ਦੀਆਂ ਪੇਮੈਂਟਾਂ ਰੁਕਵਾਈਆਂ। ਸ਼ਨੀਵਾਰ ਦਾ ਦਿਨ ਸੀਗਾ, 11:20-25 ਦੇ ਕਰੀਬ ਕੋਟਕ ਮਹਿੰਦਰਾ ਬੈਂਕ ਦਾ ਇੱਕ ਕਰਮਚਾਰੀ ਸਾਡੇ ਕੋਲ ਆਇਆ ਅਤੇ ਸਾਨੂੰ ਖਾਤੇ ਬਾਰੇ ਪੁੱਛਣ ਲੱਗਾ ਵੀ ਤੁਹਾਡਾ ਖਾਤਾ ਉਸ ਬੈਂਕ 'ਚ ਹੈਗਾ। ਮੈਂ ਕਿਹਾ ਜੇ ਨਹੀਂ ਹੈਗਾ ਅਤੇ ਕਹਿੰਦਾ ਜੀ ਮੈਂ ਸਵੈਪਿੰਗ ਮਸ਼ੀਨ ਲਗਵਾਉਣ ਵਾਸਤੇ ਆਇਆ ਵਾਂ ਅਤੇ ਤੁਸੀਂ ਪਹਿਲਾਂ ਕਿਹੜੀ ਮਸ਼ੀਨ ਯੂਜ਼ ਕਰਦੇ? ਮੈਂ ਕਿਹਾ ਜੀ ਅਸੀਂ HDFC ਦੀ ਮਸ਼ੀਨ ਯੂਜ਼ ਕਰਦੇ। ਸਾਨੂੰ ਉਹਨੇ ਆਪਣੇ ਬੈਂਕ ਦੇ ਥੋੜ੍ਹੀ ਜਿਹੀ ਆਪਣੇ ਸਕੀਮਾਂ ਦੱਸੀਆਂ ਜਿਹੜੀਆਂ ਸਾਨੂੰ ਵਧੀਆ ਲੱਗੀਆਂ, ਵੀ ਇੱਕ ਡੈਬਿਟ ਕਾਰਡ ਦੀ ਸਕੀਮ ਵਧੀਆ ਲੱਗੀ ਜੇ ਅਤੇ ਅਸੀਂ ਕੋਈ ਵੀ ਫੋਨ ਅਸੀਂ ਜੇ ਲੈਣਾ ਹੋਵੇ ਤਾਂ ਇੰਸਟਾਲਮੈਂਟ 'ਤੇ ਲੈ ਸਕਦੇ ਹਾਂ। ਸਾਨੂੰ ਉਹ ਸਕੀਮ ਵਧੀਆ ਲੱਗੀ ਅਤੇ ਸਾਨੂੰ ਉਹਨੇ ਕੁਛ ਡਾਕੂਮੈਂਟਸ ਮੰਗੇ ਜਿਹਦੇ ਵਿੱਚ GST ਦਾ ਸਰਟੀਫਿਕੇਟ ਸੀਗਾ, ਆਧਾਰ ਕਾਰਡ ਦੀ ਫੋਟੋ ਕਾਪੀ, ਇੱਕ ਸਾਡੀ ਸਨੈਪ ਅਤੇ ਕੈਂਸਲ ਚੈੱਕ, ਅਤੇ ਉਹਦੇ ਕਹਿਣ ਦੇ ਮੁਤਾਬਕ ਅਸੀਂ ਉਹ ਫੋਰਮੈਲਿਟੀਆਂ ਨੂੰ ਦੇ ਦਿੱਤੀਆਂ। ਬਿਲਕੁਲ ਜੀ, ਅਸੀਂ ਥਾਣਾ ਸੁਲਤਾਨ ਵੱਲੋਂ ਦੀ ਗਏ ਸੀਗੇ SO ਸਾਹਿਬ ਨੂੰ ਮਿਲਣ ਵਾਸਤੇ ਅਤੇ ਸਾਹਿਬ ਹੁਣੀ ਨਹੀਂ ਮਿਲੇ ਸਾਨੂੰ, ਅਤੇ ਫਿਰ ਉਸ ਤੋਂ ਬਾਅਦ ਅਸੀਂ ਮੁਨਸ਼ੀ ਜੀ ਨੂੰ ਆਪਣੀ ਦਰਖਾਸਤ ਦੇ ਸੀਗੇ ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਜਿਸ ਤਰ੍ਹਾਂ ਵੀ ਸਾਹਿਬ ਆਉਣਗੇ ਅਸੀਂ ਤੁਹਾਨੂੰ ਕਾਲ ਕਰ ਦਾਂਗੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਚੈੱਕ ਲੈ ਕੇ ਗਏ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਕਾਰਵਾਈ?
ਚੈੱਕ ਜੀ। ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਮੈਨੂੰ ਇੱਕ ਸੁਬਹਾ ਇਨਫੋਰਮੇਸ਼ਨ ਮਿਲੀ, ਮੈਂ ਫੇਸਬੁੱਕ 'ਤੇ ਯੂਜ਼ ਕਰਦਾ ਪਿਆ ਸੀ, ਉਹਦੇ 'ਤੇ ਮੈਨੂੰ ਇੱਕ ਵੀਡੀਓ ਆਈ ਅਤੇ ਜਿਹਦੇ ਵਿੱਚ ਇਸ ਠੱਗ ਬਾਰੇ ਦੱਸਿਆ ਗਿਆ ਸੀਗਾ। ਅਤੇ ਜਦੋਂ ਮੈਂ ਇਸ ਠੱਗ ਦਾ ਹੁਲੀਆ ਦੇਖਿਆ ਅਤੇ ਮੇਰੇ ਮਾਇੰਡ 'ਚ ਵਿੱਚ ਆਇਆ ਵੀ ਇਹ ਤਾਂ ਬੰਦਾ ਮੇਰੇ ਕੋਲ ਵੀ ਸ਼ੋਪ 'ਤੇ ਆਇਆ, ਅਤੇ ਮੈਂ ਫਿਰ ਆਪਣੇ CCTV ਕੈਮਰੇ ਦੀਆਂ ਵੀਡੀਓ ਚੈੱਕ ਕੀਤੀਆਂ ਜਿਸ ਵਿੱਚ ਮੈਂ ਇਹਨੂੰ ਦੇਖਿਆ ਅਤੇ ਉਹ ਬਿਲਕੁਲ ਉਹੀ ਬੰਦਾ ਸੀਗਾ। ਫਿਰ ਮੈਂ ਇਮੀਡੀਏਟਲੀ ਮੈਂ ਆਪਣੇ 12:30 ਵਜੇ ਮੈਂ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਕਾਰਵਾਈ ਕੀਤੀ, ਆਪਣੀਆਂ ਜਿਹੜੀਆਂ ਦੋ ਇਹਨਾਂ ਮੈਂ ਚੈੱਕ ਦਿੱਤੇ ਸੀਗੇ ਉਹਨਾਂ ਦੀਆਂ ਮੈਂ ਪੇਮੈਂਟਾਂ ਸਟੋਪ ਕਰਵਾਈਆਂ। ਫਿਰ ਮੋਰਨਿੰਗ ਜਾ ਕੇ ਮੈਂ ਬੈਂਕ ਮੈਨੇਜਰ ਨੂੰ ਮਿਲਿਆ, ਉਹਨਾਂ ਕੋਲ ਵੀ ਮੈਂ ਇਸ ਬਾਰੇ ਦੱਸਿਆ ਅਤੇ ਮਤਲਬ ਉਹਨਾਂ ਨੇ ਵੀ ਪੇਮੈਂਟ ਸਟੋਪ। ਕਿਸ ਤਰ੍ਹਾਂ ਪੈਨ ਵਰਤਦਾ ਬਾਈ? ਉਹ ਪੈਨ ਜੀ ਉਹ ਸੁਣਨ ਦੇ ਵਿੱਚ ਤਾਂ ਇਹੀ ਆਇਆ ਵਾ ਜੀ, ਆਪਣੇ ਇੱਕ ਮੈਜਿਕ ਪੈਨ ਕੋਈ ਚੱਲਿਆ ਵਾ ਮਾਰਕੀਟ ਦੇ ਵਿੱਚ ਜਿਹਦੇ ਨਾਲ ਉਹ ਆਪ ਭਰਦਾ ਸਾਰਾ ਕੁਛ। ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਕੈਂਸਲ ਚੈੱਕ 'ਤੇ ਸਾਈਨ ਕਰਕੇ ਦਿੰਦੇ ਹਾਂ, ਉਸ ਤੋਂ ਬਾਅਦ ਉਹ ਰੇਜ਼ ਕਰਕੇ ਅਤੇ ਉਹ ਚੈੱਕ ਜਿਹੜਾ ਕਿ ਬੈਂਕ 'ਚ ਲਵਾ। ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗ ਵਾ ਜੀ ਆਪਣੇ ਵੀ ਜਿਸ ਤਰ੍ਹਾਂ ਮੈਂ ਠੱਗੀ ਦਾ ਸ਼ਿਕਾਰ ਹੋਇਆ ਵੀ ਚਲੋ ਅਸੀਂ ਆਪਣੇ ਮੌਕੇ 'ਤੇ ਇਸ ਚੀਜ਼ ਨੂੰ ਸੰਭਾਲ ਲਿਆ ਅਤੇ ਅਸੀਂ ਬਚ ਗਏ ਠੱਗੀ ਦਾ ਸ਼ਿਕਾਰ ਹੋਣ ਤੋਂ, ਅਤੇ ਜਿਹੜਾ ਕੋਈ ਹੋਰ ਭੋਲੇ ਭਾਲੇ ਬੰਦੇ ਦੇ ਨਾਲ ਕੋਈ ਇੱਦਾਂ ਦਾ ਕੋਈ ਕੰਮ ਨਾ ਹੋਵੇ, ਅਤੇ ਇਸ ਕਰਕੇ ਇਸ ਬੰਦੇ ਨੂੰ ਜਿੰਨੀ ਜਲਦੀ ਹੋ ਸਕੇ ਗ੍ਰਿਫਤਾਰ ਕਰਨਾ ਚਾਹੀਦਾ। ਇਹ ਮਾਮਲਾ ਵੀ ਰਾਤ ਸਾਨੂੰ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਦਿੱਤੀ ਦਰਖਾਸਤ, ਅਤੇ ਉਹਦੀ ਦੁਕਾਨ 'ਤੇ ਇੱਕ ਬੰਦਾ ਆਇਆ ਜਿਹਨੇ ਉਹ ਬਲੈਕ ਚੈੱਕ ਵਗੈਰਾ ਲਾਏ, ਤੁਹਾਡੇ ਟੀਮ ਵਗੈਰਾ ਲਾ ਦੇਣੇ, ਅਤੇ ਉਹ ਉਹਨਾਂ ਬਾਅਦ 'ਚ ਖਬਰ ਜਦੋਂ ਪੜ੍ਹੀ ਵੀ ਇਹ ਤਾਂ ਬੰਦਾ ਨੌਸਰਵਾਜ ਆ, ਉਦੋਂ ਬਾਅਦ ਉਹਨਾਂ ਸਾਨੂੰ ਐਪਲੀਕੇਸ਼ਨ ਦਿੱਤੀ। ਇਹਦਾ ਜਿਹੜਾ ਮਾਮਲੇ ਦੀ ਜਾਂਚ ਕਰ ਰਹੇ, ਜਾਂ ਤੋਂ ਸਰੀਰ ਜਿਹੜੀ ਸਾਹਮਣੇ ਆ ਜੂਗੀ ਕੀ ਹੈ। ਨਹੀਂ ਆਪਣੇ ਸੁਲਤਾਨਪੁਰ ਤੋਂ ਕੋਈ ਠੱਗੀ ਨਹੀਂ, ਇਹ ਪਹਿਲੇ ਬੰਦੇ ਕੋਲ ਗਿਆ ਸੀ, ਉਦੋਂ ਬਾਅਦ ਨਿਊਜ਼ ਵਗੈਰਾ ਲੱਗ ਗਈ, ਉਹਨਾਂ ਨੂੰ ਪਤਾ ਲੱਗ ਗਿਆ ਠੱਗੀ ਹੋਣ ਤੋਂ ਬਚ ਗਿਆ। ਫਿਰ ਵੀ ਜਿਹੜੀ ਜੋ ਵੀ ਇਹਦੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕਰਾਂਗੇ, ਤਫਤੀਸ਼ ਜਿਹੜੀ ਉਹਦੀ ਆਪਣੀ ਦਰਖਾਸਤ ਦਰਖਾਸਤ ਕਰ ਰਹੇ ਹਾਂ। ਜਦੋਂ ਦਾ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ ਉਦੋਂ ਤੋਂ ਹੀ ਇਹ ਬਿੱਲ ਭਾਜਪਾ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ। ਵਿਰੋਧੀ ਪਾਰਟੀਆਂ ਵੱਲੋਂ ਇਸ ਬਿੱਲ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਬਿੱਲ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਹੁਣ BJP ਦੇ ਵੱਲੋਂ ਇਸ ਬਿੱਲ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਨੇ। ਇਸ ਦੇ ਤਹਿਤ ਹੀ ਪਠਾਨਕੋਟ ਦੇ ਸੁਜਾਨਪੁਰ ਵਿੱਚ ਬਾਈਕ ਰੈਲੀ ਕੱਢ ਕੇ ਲੋਕਾਂ ਨੂੰ ਇਸ ਬਿੱਲ ਪ੍ਰਤੀ ਜਾਗਰੂਕ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਕੇ ਦੁਆਰਾ ਪੂਰੇ ਦੇਸ਼ ਮੇ ਨਾਗਰਿਕਤਾ ਸੰਸ਼ੋਧਨ ਅਧਿਨਿਯਮ 2019 ਲਾਗੂ ਕੀਆ ਗਿਆ ਹੈ ਔਰ ਅਬ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਮੇ ਜਨ ਜਾਗਰਣ ਅਭਿਆਨ ਚਲਾ ਰਹੀ ਹੈ, ਕਿਉਂਕਿ ਕਾਂਗਰਸ ਔਰ ਵਾਮਪੰਥੀ ਨਾਗਰਿਕਤਾ ਸੰਸ਼ੋਧਨ ਅਧਿਨਿਯਮ 2019 ਕੇ ਬਾਰੇ ਮੇ ਤਰ੍ਹਾਂ ਤਰ੍ਹਾਂ ਕੀ ਭ੍ਰਾਂਤੀਆਂ ਫੈਲਾਨੇ ਕਾ ਪ੍ਰਯਾਸ ਕਰ ਰਹੀ ਹੈ ਔਰ ਜਿਸਕੇ ਕਾਰਨ ਸੇ ਇੱਕ ਸੰਦੇਸ਼ ਦੇਨੇ ਕਾ ਪ੍ਰਯਾਸ ਕੀਆ ਜਾ ਰਹਾ ਹੈ ਕਿ ਕਿਸੀ ਧਰਮ ਵਿਸ਼ੇਸ਼ ਕੇ ਲਈ ਇਹ ਉਪਯੁਕਤ ਨਹੀਂ ਹੈ। ਜਬਕਿ ਨਾਗਰਿਕਤਾ ਸੰਸ਼ੋਧਨ ਅਧਿਨਿਯਮ ਦੇਸ਼ ਕੇ ਆਜ਼ਾਦੀ ਕੇ ਬਾਅਦ ਜਬ ਧਰਮ ਕੇ ਆਧਾਰ ਪਰ ਬਂਟਵਾਰਾ ਹੁਆ ਔਰ ਮੁਸਲਿਮ ਲੀਗ ਕੀ ਮੰਗ ਥੀ ਔਰ ਉਸਕੇ ਪਸ਼ਚਾਤ ਇਹ ਹੈ ਕਿ ਜੋ ਅਲਪਸੰਖਿਅਕ ਹਮਾਰੇ ਸਾਥ ਜੋ ਦੇਸ਼ ਹੈ ਬਾਂਗਲਾਦੇਸ਼ ਪਾਕਿਸਤਾਨ ਅਫਗਾਨਿਸਤਾਨ ਇਨਮੇ ਰਹਿ ਗਏ ਤੋ ਜੋ ਵਹਾਂ ਸੇ ਪੀੜਿਤ ਨਾਗਰਿਕ ਹੈ ਉਨ ਸਬਕੋ ਭਾਰਤ ਕੀ ਨਾਗਰਿਕਤਾ ਪ੍ਰਦਾਨ ਕਰਨੇ ਕਾ ਵਿਸ਼ਾ ਹੈ ਔਰ ਹਮਨੇ ਕਹਾ ਕਿ ਕਿਸੀ ਵੀ ਤੌਰ ਪਰ ਭਾਰਤ ਕੇ ਅੰਦਰ ਰਹਿਣੇ ਵਾਲੇ ਕਿਸੀ ਵੀ ਪੰਥ ਸੰਪ੍ਰਦਾਇ ਕੋਈ ਵਿਅਕਤੀ ਕੋ ਉਸਕੀ ਨਾਗਰਿਕਤਾ ਕਭੀ ਖਤਰੇ ਮੇ ਪੜ ਨਹੀਂ ਸਕਤੀ, ਵੋ ਸਭੀ ਭਾਰਤ ਕੇ ਨਾਗਰਿਕ ਹੈ। ਹਾਂ ਲੇਕਿਨ ਜੋ ਇਨ ਦੇਸ਼ੋ ਮੇ ਧਾਰਮਿਕ ਕਾਰਨ ਸੇ ਜੋ ਪ੍ਰਤਾੜਿਤ ਰਹੇ ਉਨਕੋ ਭਾਰਤ ਮੇ ਨਾਗਰਿਕਤਾ ਦੇਣਾ ਇਹ ਹਮਾਰਾ ਵਿਸ਼ੇ ਹੈ ਔਰ ਆਜ ਇਸ ਪਰ ਜਨ ਜਾਗਰਣ ਅਭਿਆਨ ਯਹਾਂ ਪਰ ਪਠਾਨਕੋਟ ਜ਼ਿਲ੍ਹਾ ਕੇ ਸੁਜਾਨਪੁਰ ਮੇ ਰੱਖਾ ਗਿਆ ਹੈ ਤੋ ਉਸ ਦ੍ਰਿਸ਼ਟੀ ਸੇ ਹਮ ਯਹਾਂ ਆਏ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੀ, ਮੈਨੂੰ ਸਿਮਰਨ ਕੌਰ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਰੰਗਲਾ TV। ਸਤਿ ਸ਼੍ਰੀ ਅਕਾਲ।